ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਿ ਬਰਿੰਦਰ ਸਿੰਘ ਸੇਖੋਂ ਅੱਜ ਮੈਂ ਲਾਈਵ ਹੋ ਕੇ ਤੁਹਾਡੇ ਨਾਲ ਜਿਹੜੀ ਪੰਜਾਬ ਦੇ ਵਿੱਚ ਇੱਕ ਬਹੁਤ ਕੋਜੀ ਚਾਲ ਖੇਡੀ ਜਾ ਰਹੀ ਆ ਆਰਐਸਐਸ ਵੱਲੋਂ ਉਸ ਦੇ ਬਾਰੇ ਗੱਲ ਕਰਨ ਜਾ ਰਿਹਾ ਹਾਂ ਤੁਸੀਂ ਦੇਖਿਆ ਹੋਣਾ ਕਿ ਫੇਸਬੁੱਕ ਤੇ ਤੇ ਇੰਟਰਨੈਟ ਤੇ ਇੱਕ ਬਹੁਤ ਵਾਇਰਲ ਹੋ ਰਹੀ ਆ ਵੀਡੀਓ ਜਿਹਦੇ ਵਿੱਚ ਇੱਕ ਪਖੰਡੀ ਅਰਦਾਸ ਕਰਦਾ ਮੋਦੀ ਤੇ ਸਰਸੇ ਵਾਲੇ ਪਖੰਡੀ ਬਲੱਤਕਾਰੀ ਸਾਧ ਲਈ ਸੋ ਜੋ ਇਹ ਅਰਦਾਸ ਕੀਤੀ ਗਈ ਆ ਸੋ ਇਸਲਾ ਇਹਦੇ ਆਪਾਂ ਨੂੰ मीनिंग ਸਮਝਣੇ ਪੈਣੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਰਐਸਐਸ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਜਦੋਂ ਆਰਐਸਐਸ ਪੰਜਾਬ ਦੇ ਵਿੱਚ ਆਪਣਾ ਪੈਰ ਲਾ ਚੁੱਕੀ ਆ ਅੱਜ ਜਿਹੜੀ ਆਰਐਸਐਸ ਆ ਉਹ ਆਪਣੇ ਪੈਰ ਪਸਾਰ ਰਹੀ ਆ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਆ ਸੋ ਸਾਨੂੰ ਚੀਜ਼ਾਂ ਸਮਝਣੀਆਂ ਪੈਣੀਆਂ ਨੇ ਸਾਡਾ ਕਿਸਾਨੀ ਸੰਘਰਸ਼ਾ ਜਿਹੜਾ ਬਿਲਕੁਲ ਸ਼ਿਖਰਾਂ ਤੇ ਪਹੁੰਚਿਆ ਗਿਆ ਸਾਡੇ ਕਿਸਾਨੀ ਸੰਘਰਸ਼ ਨੂੰ ਖਰਾਬ ਕਰਨ ਦੇ ਲਈ ਮੋਦੀ ਵੱਲੋਂ ਬਹੁਤ ਕੋਝੀਆਂ ਚਾਲਾਂ ਚੱਲੀਆਂ ਗਈਆਂ ਇਹਨੂੰ ਅੱਤਵਾਦੀ ਕਿਹਾ ਗਿਆ ਕਿਸਾਨਾਂ ਨੂੰ ਕਿਸਾਨਾਂ ਨੂੰ ਕਿਹਾ ਗਿਆ ਫੰਡੀ ਪਾਕਿਸਤ ਫੰਡ ਫੰਡਿੰਗ ਪਾਕਿਸਤਾਨ ਤੋਂ ਹੁੰਦੀ ਆ ਇਹ ਇਹ ਜਿਹੜੇ ਨੇ ਇਹ ਚਾਈਨਾ ਤੋਂ ਸਪੋਰਟ ਹੋ ਰਹੀ ਆ ਸੋ ਇਹੋ ਜਿਹੀਆਂ ਗੱਲਾਂ ਹੋਈਆਂ ਤੇ ਅੱਜ ਜਿਹੜੀ ਮੋਦੀ ਦੀ ਸਿਆਸਤ ਆ ਉਹ ਜਿਹੜੀ ਆਰਐਸਐਸ ਤੇ ਬੀਜੇਪੀ ਆ ਕਿ ਉਹ ਪੰਜਾਬ ਦੇ ਵਿੱਚ ਕਹਿ ਰਹੇ ਨੇ ਕਿ ਜਿਹੜਾ ਸੀਐਮ ਦਾ ਚਿਹਰਾ ਉਹ Dalit ਭਰਾਵਾਂ ਵਿੱਚੋਂ ਲਿਆ ਜਾਵੇਗਾ ਮੈਂ ਉਸ ਅਰਦਾਸ ਕਰਨ ਵਾਲੇ ਬੰਦੇ ਨੂੰ ਪੁੱਛਣਾ ਚਾਹਣਾ ਜਿਨੇ ਮੋਦੀ ਦੀ ਲਈ ਅਰਦਾਸ ਕੀਤੀ ਆ ਤੇ ਸਰਸੇ ਵਾਲੇ ਬਲੱਤਕਾਰੀ ਲਈ ਅਰਦਾਸ ਕੀਤੀ ਆ ਮੈਂ ਉਹਨੂੰ ਪੁੱਛਣਾ ਚਾਹਣਾ ਕਿ ਇਹ ਸਿਰਫ ਤੇ ਸਿਰਫ Dalit ਭਰਾਵਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜੇ Dalit ਭਰਾਵਾਂ ਦਾ ਇੰਨਾ ਹੀ ਦਰਦ ਹੁੰਦਾ ਇਹ ਮੋਦੀ ਨੂੰ ਤੇ ਆਰਐਸਐਸ ਨੂੰ ਤਾਂ Dalit ਰਾਸ਼ਟਰਪਤੀ ਜਦੋਂ ਹੋਵੇ ਭਾਰਤ ਦਾ Dalit ਰਾਸ਼ਟਰਪਤੀ ਹੋਵੇ ਤੇ ਦਿੱਲੀ ਦੇ ਵਿੱਚ ਭਗਤ ਰਵਿਦਾਸ ਦਾ ਮੰਦਿਰ ਢਾਇਆ ਗਿਆ ਉਦੋਂ ਇਹਨਾਂ RSS ਨੇ ਤੇ ਮੋਦੀ ਨੇ ਜਾਣ ਬੁੱਝ ਕੇ ਜਾਣ ਬੁੱਝ ਕੇ RSS ਨੇ ਤੇ ਭਗਤ ਰਵਿਦਾਸ ਜੀ ਦਾ ਜਿਹੜਾ ਦਿੱਲੀ ਚ ਮੰਦਿਰ ਸੀ ਉਹ ਢਾਇਆ ਗਿਆ ਤੇ BJP ਦੇ ਰਾਜ ਦੇ ਵਿੱਚ ਯੋਗੀ ਜੋ UP ਦਾ ਮੁੱਖ ਮੰਤਰੀ ਆ ਮੈਨੂੰ ਪੁੱਛਣਾ ਚਾਹਣਾ ਜਿਹੜਾ ਕਹਿੰਦਾ ਦਲਿਤਾਂ ਬਾਰੇ ਬੜਾ ਆਰਐਸਐਸ ਤੇ ਬੀਜੇਪੀ ਜਿਹੜੀ ਬੜੀ ਆਪਣੇ ਆਪ ਨੂੰ ਅੱਜ ਸ਼ੋਅ ਕਰ ਰਹੀ ਹੈ ਕਿ ਇਹਨਾਂ ਲਈ ਸਾਡੇ ਲਈ ਬੜਾ ਦਰਦ ਆ ਯੂਪੀ ਦੇ ਵਿੱਚ ਇੱਕ ਦਲਿਤ ਧੀ ਦਾ ਬਲਾਤਕਾਰ ਹੁੰਦਾ ਉਹ ਧੀ ਦਾ ਦਲਿਤ ਧੀ ਦਾ ਬਲਾਤਕਾਰ ਹੁੰਦਾ ਤੇ ਯੂਪੀ ਦਾ ਮੁੱਖ ਮੰਤਰੀ ਉਹ ਜਿਹੜੇ ਦਰਿੰਦਿਆਂ ਨੇ ਬਲਾਤਕਾਰ ਕੀਤਾ ਤੇ ਉਸ ਧੀ ਉਹਨਾਂ ਦੀ ਸਪੋਰਟ ਕਰਦਾ ਤੇ ਉਹ ਧੀ ਦਾ ਰਾਤ ਦੇ 2 ਵਜੇ ਸੰਸਕਾਰ ਕੀਤਾ ਜਾਂਦਾ ਪਰਿਵਾਰ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਇਹ ਦਲਿਤਾਂ ਦੀ ਜਿਹੜੀ ਯੂਪੀ ਦੇ ਵਿੱਚ ਸਥਿਤੀ ਆ ਯੋਗੀ ਮੁੱਖ ਮੰਤਰੀ ਦੇ ਤੇ ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਇੱਕ ਦਲਿਤ ਧੀ ਮੰਦਰ ਦੇ ਵਿੱਚ ਜਾਣ ਲੱਗਦੀ ਆ ਤਾਂ ਉਹਨੂੰ ਬੇਰਹਿਮੀ ਨਾਲ ਨੰਗਿਆਂ ਕਰਕੇ ਕੁੱਟਿਆ ਜਾਂਦਾ ਤੇ ਫਿਰ ਕਿਹੜੇ ਦਲਤਾਂ ਦੀ ਗੱਲ ਕਰ ਰਹੇ ਨੇ ਕਿਹੜੀ ਆਰਐਸਐਸ ਤੇ ਬੀਜੇਪੀ ਦਾ ਏਜੰਡਾ ਸਿਰਫ ਹਿੰਦੂ ਰਾਸ਼ਟਰ ਬ੍ਰਾਹਮਣਵਾਦ ਸੋਚ ਮਨੂੰ ਮਨੂੰ ਸਮ੍ਰਿਤੀ ਜਿਹੜੀ ਇਹਨਾਂ ਦੀ ਹੈਗੀ ਉਹਨੂੰ ਲਾਗੂ ਕਰਨਾ ਚਾਹੇ ਜੱਟ ਨੇ ਚਾਹੇ 달ਿਤ ਭਰਾ ਨੇ ਚਾਹੇ ਹੋਰ ਜਾਤਾਂ ਵਾਲੇ ਨੇ ਉਹ ਇਹਨਾਂ ਦੀ ਨਿਗਾਹ ਦੇ ਵਿੱਚ ਸ਼ੂਦਰ ਨੇ ਚਾਹੇ ਉਹ ਜਿਹੜੀ ਮਰਜੀ ਜਾਤ ਦੇ ਨੇ ਉਹ ਸਾਰੇ ਅਸੀਂ ਸ਼ੂਦਰ ਆ ਸਾਨੂੰ ਸਿਰਫ ਇਹ ਸ਼ੂਦਰ ਸਮਝਦੇ ਨੇ ਨਾ ਤਾਂ ਅਸੀਂ ਮੰਦਰਾਂ ਦੇ ਵਿੱਚ ਜਾ ਕੇ ਉੱਥੇ ਦਰਸ਼ਨ ਕਰ ਸਕਦੇ ਆ ਤੇ ਨਾ ਹੀ ਜਿਹੜੇ ਆਪਣੇ ਆਪ ਨੂੰ ਉਮ ਸ਼ੁੱਧਰ ਨੇ ਜਿਹੜੇ ਨਾਮ ਮੰਦਰ ਚ ਪ੍ਰਾਰਥਨਾ ਕਰ ਸਕਦੇ ਨੇ ਨਾ ਮੰਦਰ ਦੇ ਵਿੱਚ ਜਾ ਸਕਦੇ ਨੇ ਸੋ ਇਹ ਚੀਜ਼ ਨੂੰ ਸਾਨੂੰ ਸਮਝਣਾ ਪਊਗਾ ਅੱਜ ਜਦੋਂ ਕਿਸਾਨੀ ਸੰਘਰਸ਼ ਸਿਖਰਾਂ ਤੇ ਪਹੁੰਚਿਆ ਗਿਆ ਹੁਣ ਅਸੀਂ ਸੋਚਦੇ ਹਾਂ ਕਿ ਉਹ ਜਿਹੜਾ ਸਿੰਘ ਆ ਉਹਨੇ ਬਾਣਾ ਪਾਇਆ ਹੋਇਆ ਆਰਐਸਐਸ ਦੀ ਜਿਹੜੀ ਘੋਸ ਬੈਠਾ ਉਹ ਬਾਦਲ ਨੇ ਬੜੇ ਬੜੇ ਹੀ ਕੋਝੇ ਢੰਗ ਨਾਲ ਪੰਜਾਬ ਦੇ ਵਿੱਚ ਕੀਤੀ ਹੋਈ ਆ ਆਰਐਸਐਸ ਵਾਲਿਆਂ ਦੇ ਦਾੜੇ ਵੀ ਪ੍ਰਗਾਸ਼ ਨਹੀਂ ਉਹਨਾਂ ਨੇ ਅਮਰਤ ਵੀ ਛਕੇ ਹੋਏ ਨੇ ਉਹਨਾਂ ਨੇ ਬਾਣੇ ਵੀ ਪਾਈ ਹੋਏ ਨੇ ਉਹ ਬੈਡਰੂਮ ਪੀਏ ਨੇ ਉਹਨਾਂ ਦੀ ਸਾਨੂੰ ਪਹਿਚਾਨ ਕਰਨੀ ਪਊਗੀ ਅੱਜ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਕਹਿ ਰਹੀਆਂ ਨੇ ਕਿ ਅਸੀਂ ਦਲਤਾਂ ਦੀ ਯਾਦ ਆ ਚੁੱਕੀ ਆ ਅੱਜ ਸਾਰੀਆਂ ਪਾਰਟੀਆਂ ਨੂੰ ਦਲਤਾਂ ਨੂੰ ਯਾਦ ਆ ਚੁੱਕੀ ਆ ਤੇ ਮੈਂ ਪੰਜਾਬ ਦੇ ਵੈਸੇ ਤਾਂ ਯਾਦ ਪਾਤ ਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਕਿ ਯਾਦ ਪਾਤ ਦੇ ਵਿੱਚ ਕਿਸੇ ਨੂੰ ਕੋਈ ਫਰਕ ਸਮਝਣਾ ਚਾਹੀਦਾ ਅਸੀਂ ਸਾਰੇ ਇਨਸਾਨ ਆ ਸਾਡੇ ਸਾਰਿਆਂ ਦੇ ਵਿੱਚ ਇੱਕ ਜਿਹਾ ਖੂਨ ਆ ਅਸੀਂ ਸਾਰੇ ਜੀਉਂਦੇ ਆ ਸਾਰੇ ਇਨਸਾਨ ਆ ਸੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਜਿਹੜੇ Dalit ਭਰਾਵਾ ਦੀ ਗੱਲ ਕਰਦੇ ਨੇ ਡਾਕਟਰ ਅੰਬੇਦਕਰ ਸਾਹਿਬ ਦਾ ਜਿਹੜਾ ਸੰਵਿਧਾਨ ਲਿਖਿਆ ਹੋਇਆ ਅੱਜ ਆਰਐਸਐਸ ਤੇ ਬੀਜੇਪੀ ਤਾਂ ਉਹ ਸੰਵਿਧਾਨ ਖਤਮ ਕਰਨ ਲੱਗੀ ਹੋਈ ਆ ਜਿਹਦੇ ਵਿੱਚ Dalitਾਂ ਦੀ ਗੱਲ ਕੀਤੀ ਗਈ ਆ ਜਿਹੜੀਆਂ ਦੱਬੇ ਕੁਚਲੇ ਲੋਕ ਨੇ ਜਿਹੜੇ ਘੱਟ ਗਿਣਤੀਆਂ ਨੇ ਚਾਹੇ ਉਹ ਸਿੱਖ ਨੇ ਚਾਹੇ ਉਹ ਦੂਜੇ ਧਰਮਾਂ ਦੇ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ ਮੈਂ ਆਪਣੇ ਦਲੇਤ ਭਰਾਵਾਂ ਨੂੰ ਤੇ ਉਹ ਜਿਹੜਾ ਪਖੰਡੀ ਅਰਦਾਸ ਕਰਦਾ ਉਹਨੂੰ ਸਵਾਲ ਕਰ ਰਹੇ ਹਾਂ ਕਿ ਇਹਨਾਂ ਚੀਜ਼ਾਂ ਦੇ ਜਵਾਬ ਦੇਵੇ ਜਿਹੜਾ ਸੰਵਿਧਾਨ ਭਗਤ ਰਵਿਦਾਸ ਜੀ ਦੇ ਰਾਹਾਂ ਤੇ ਚੱਲਦੇ ਹੋਏ ਡਾਕਟਰ ਸਾਹਿਬ ਨੇ ਲਿਖਿਆ ਅੰਬੇਦਕਰ ਸਾਹਿਬ ਨੇ ਡਾਕਟਰ ਸਾਹਿਬ ਨੇ ਸੰਵਿਧਾਨ ਲਿਖਿਆ ਜਿਹਦੇ ਵਿੱਚ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੋਈ ਹੈ ਅੱਜ ਉਹ ਸੰਵਿਧਾਨ ਨੂੰ ਤਾਂ ਧੱਜੀਆਂ ੜਾਈਆਂ ਜਾ ਰਹੀਆਂ ਨੇ ਅੱਜ ਜੋ ਸੰਵਿਧਾਨ ਨੂੰ ਬਦਲਿਆ ਜਾ ਰਿਹਾ ਇਹ ਕਿਹੜੇ ਦਲਤਾਂ ਦੀ ਗੱਲ ਕਰ ਰਹੇ ਨੇ ਜੇ ਇਹਨਾਂ ਨੂੰ ਇੰਨੇ ਹੀ ਦਲਤਾਂ ਨਾਲ ਪਿਆਰਾ ਤਾਂ ਡਾਕਟਰ ਸਾਹਿਬ ਦਾ ਸੰਵਿਧਾਨ ਨੂੰ ਕਿਉਂ ਛੇੜਛਾੜ ਨਹੀਂ ਕੀਤੀ ਜਾ ਰਹੀ ਅੰਬੇਦਕਰ ਸਾਹਿਬ ਦੇ ਨਾਲ ਭਗਤ ਰਵਿਦਾਸ ਜੀ ਦਾ ਸਾਡਾ ਮਹਾਰਾਜ ਜੀ ਦਾ ਮੰਦਰ ਢਾਇਆ ਗਿਆ ਉਹਨਾਂ ਦੇ ਭਗਤ ਰਵਿਦਾਸ ਜੀ ਦੇ ਮੰਦਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇੱਥੇ ਮਨੁੱਖ ਸਮ੍ਰਿਤੀ ਦਾ ਜਿਹੜਾ ਰਾਜ ਆ ਉਹ ਲੈ ਕੇ ਆਉਣ ਦੀ ਹਿੰਦੂ ਰਾਸ਼ਟਰ ਲੈ ਕੇ ਆਉਣ ਦੀ ਜਿਹੜੀ ਪੂਰੀ ਯੋਜਨਾ ਕੀਤੀ ਜਾ ਰਹੀ ਆ ਅੱਜ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਅੱਜ ਆਮ ਆਦਮੀ ਪਾਰਟੀ ਵੀ ਸੀਐਮ ਕਹਿੰਦੀ ਅਸੀਂ ਦਲਿਤ ਭਰਾਵਾਂ ਵਿੱਚੋਂ ਲਵਾਂਗੇ ਸੋ ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਪਊਗਾ ਇਹ ਕੋਈ ਦਲਤਾਂ ਨਾਲ ਜਾਂ ਸਾਡੇ ਧੱਬੇ ਕੁਚਲੇ ਲੋਕਾਂ ਨਾਲ ਜਾਂ ਘੱਟ ਗਿਣਤੀਆਂ ਨਾਲ ਕੋਈ ਇਹਨਾਂ ਨੂੰ ਪਿਆਰ ਨਹੀਂ ਕੇਵਲ ਤੋਂ ਕੇਵਲ ਇਹਨਾਂ ਨੇ ਆਰਐਸਐਸ ਨੇ ਬਹਿੜੂਪੀਏ ਛੱਡ ਕੇ ਜਿਹੜਿਆਂ ਦਾ ਭੇਖ ਵੀ ਉਹ ਹੋ ਜਿਆ ਤੇ ਦਿਖਣ ਦੇ ਵਿੱਚ ਵੀ ਉਹ ਸਿੱਖ ਲੱਗਦੇ ਨੇ ਪਰ ਇਹ ਸਿੱਖ ਨਹੀਂ ਹੈਗੇ ਹੁਣ ਮੋਦੀ ਲਈ ਅਰਦਾਸ ਕੀਤੀ ਜਾ ਰਹੀ ਆ ਮੋਦੀ ਨੇ ਭਗਤ ਰਵਿਦਾਸ ਜੀ ਦਾ ਮੰਦਿਰ ਟਵਾਤਾ ਦਿੱਲੀ ਚ ਮੋਦੀ ਨੇ ਬਾਬਾ ਡਾਕਟਰ ਅੰਬੇਦਕਰ ਸਾਹਿਬ ਜੀ ਦਾ ਜਿਹੜਾ ਸੰਵਿਧਾਨ ਆ ਉਹਨੂੰ ਬਦਲਣ ਦੀਆਂ ਤਿਆਰੀਆਂ ਕਰ ਰਿਹਾ ਰੋਹ ਛੇੜਛਾੜੀ ਕਰ ਰਿਹਾ ਮੋਦੀ ਨੇ ਮੁਸਲਮਾਨਾਂ ਦੀ ਕਤਲੋਗਾਰਧ ਕੀਤੀ ਗੁਜਰਾਤ ਦੇ ਵਿੱਚ ਜਿੱਥੇ ਮੁਸਲਮਾਨਾਂ ਦੀਆਂ ਜਿਹੜੀਆਂ ਗਰਭਤੀ ਬੀਬੀਆਂ ਸੀ ਉਹਨਾਂ ਦੇ ਗਰਭ ਦੇ ਵਿੱਚੋਂ ਪਾੜ ਕੇ ਬੱਚੇ ਕੱਢੇ ਗਏ ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਗਈ ਆ ਆਰਐਸਐਸ ਨੇ ਉਸ ਤੋਂ ਬਾਅਦ ਮੋਦੀ ਨੇ ਸਿੱਖਾਂ ਦਾ ਉਜਾੜਾ ਕੀਤਾ ਗੁਜਰਾਤ ਦੇ ਵਿੱਚ ਮੋਦੀ ਜਿਹੜੀ ਯੂਪੀ ਦੇ ਵਿੱਚ ਜਾ ਕੇ ਦੇਖਿਓ ਬੀਜੇਪੀ ਦੀ ਸਰਕਾਰ ਆ ਆਰਐਸਐਸ ਜਿਹੜੀ ਉੱਥੇ ਦੇ ਦਲਿਤ ਭਰਾਵ ਨੇ ਜਿਨ੍ਹਾਂ ਤੇ ਕਿੰਨੇ ਅਤਿਆਚਾਰ ਕੀਤੇ ਜਾ ਰਹੇ ਨੇ ਸ਼ਰਿਆਮ ਸਾਡੀਆਂ ਧੀਆਂ ਦੀਆਂ ਬੇਪਤੀਆਂ ਕੀਤੀਆਂ ਜਾ ਰਹੀਆਂ ਨੇ ਯੂਪੀ ਦੇ ਵਿੱਚ ਉਹ ਕਿਹੜੇ ਦੀ ਗੱਲ ਕੀ ਤੁਸੀਂ ਇਹੋ ਜਿਹੇ ਬੀਜੇਪੀ ਤੇ ਆਰਐਸਐਸ ਦਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਲਿਆ ਕੇ ਕਿ ਅਸੀਂ ਇਹੋ ਜਿਹੇ ਸਾਡੀਆਂ ਮਾਵਾ ਭੀ ਭੈਣਾਂ ਦਾ ਇੱਥੋਂ ਅਸੀਂ ਇੱਜ਼ਤਾਂ ਦੇ ਨਾਲ ਖੇਡਣ ਗਿਆ ਕਿ ਸਾਡੇ ਨਾਲ ਇਹ ਕੋਈ ਜ਼ਰੂਰੀ ਨਹੀਂਗਾ ਜੇ ਦਲਿਤਾਂ ਦਾ ਰਾਸ਼ਟਰਪਤੀ ਜਦੋਂ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ਮੋਦੀ ਉੱਥੇ ਪੂਜਾ ਕਰਦਾ ਤੇ ਜਿਹੜਾ ਗੋਵਿੰਦ ਰਾਸ਼ਟਰਪਤੀ ਆ ਭਾਰਤ ਦਾ ਉਹਨੂੰ ਕਿਉਂ ਨਹੀਂ ਸੱਦਿਆ ਗਿਆ ਕਿਉਂਕਿ ਉਹ ਛੂਤਰ ਮੰਨਿਆ ਨੇ મોદી ਨੇ ਕਿਉਂਕਿ ਉਹ ਉਸ ਪੂਜਨ ਦੇ ਵਿੱਚ ਸ਼ਾਮਲ ਨਹੀਂ ਸੀ ਹੋ ਸਕਦਾ ਜੇ ਇਹਨਾਂ ਨੂੰ ਦਲਤਾਂ ਨਾਲ ਇੰਨਾ ਪਿਆਰ ਹੁੰਦਾ ਤੇ ਭਾਰਤ ਦਾ ਰਾਸ਼ਟਰਪਤੀ ਜੋ ਇੱਕ ਦਲਿਤ ਪਰਿਵਾਰ ਨਾਲ ਸੰਬੰਧਤ ਰੱਖਦਾ ਫਿਰ ਉਹ ਕਿਉਂ ਨਹੀਂ ਗਿਆ ਉੱਥੇ ਕਿਉਂ ਨਹੀਂ ਉਹ ਮੰਦਰ ਦੇ ਵਿੱਚ ਜਾ ਕੇ ਪੂਜਾ ਕਰ ਸਕਦਾ ਸੋ ਇਹ ਕੋਈ ਵੀ ਦਲਤਾਂ ਨਾਲ ਇਹਨਾਂ ਦਾ ਪਿਆਰ ਨਹੀਂ ਇਹ ਆਰਐਸਐਸ ਦੇ ਦਲਾਲ ਜਿਹੜੇ ਪੰਜਾਬ ਦੇ ਵਿੱਚ ਵੱਢ ਚੁੱਕੇ ਨੇ ਸਭ ਤੋਂ ਵੱਡੀ ਗੱਲ ਇਹ ਇਸ ਟਾਈਮ ਆਪਾਂ ਨੂੰ ਸਮਝਣੀ ਪੈਣੀ ਆ ਕੀ ਕਿਸਾਨੀ ਸੰਘਰਸ਼ ਜਿਹੜਾ ਸਾਡਾ ਚੱਲ ਰਿਹਾ ਉਹਨੂੰ ਇਹ ਨਾ ਪੰਜਾਬ ਦੇ ਵਿੱਚ ਦਲਤਾਂ ਤੇ ਜਾਤ-ਬਾਤ ਦੇ ਧਰਮਾਂ ਦੇ ਵਿੱਚ ਵੰਡ ਕੇ ਲੋਕਾਂ ਨੂੰ ਉਹਨੂੰ ਖਰਾਬ ਕਰਨਾ ਚਾਹੁੰਦੇ ਨੇ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇੱਕ ਤੁਸੀਂ ਹੋਰ ਗੱਲ ਦੇਖੋ ਆਰਐਸਐਸ ਹੁਣੇ ਦਖਲ ਕਰਨ ਵੱਧ ਦਖਲ ਵਧ ਗਿਆ ਅੱਜ ਹੀ ਇੱਕ ਖਬਰ ਤੁਸੀਂ ਦੇਖੀ ਹੋਣੀ ਆ ਕਿ ਆਰ ਆਰਐਸਐਸ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਜਾਂਦਾ ਉੱਥੇ ਕਿਸਾਨ ਭਰਾ ਸਾਡੇ ਜਾਂਦੇ ਨੇ ਕਿਸਾਨ ਭਰਾਜ ਨੂੰ ਜਾਂਦੇ ਨੇ ਉੱਥੇ ਉਹਨਾਂ ਦੀ ਉਹਨਾਂ ਦੇ ਨਾਲ ਝਾਪਟ ਹੁੰਦੀ ਆ ਉਹਦੇ ਨਾਲ ਹੀ ਇੱਕ ਪਖੰਡੀ ਅਰਦਾਸ ਕਰਦਾ ਮੋਦੀ ਦੇ ਲਈ ਤੇ ਸਰਸੇ ਵਾਲੇ ਬਲੱਤਕਾਰੀ ਸਾਧ ਜੀ ਨੇ ਬਲੱਤਕਾਰ ਕੀਤੀ ਹੁਣ ਪਖੰਡੀ ਹੋਵੇ ਜੀ ਨੇ ਢੋਂਕ ਕੀਤਾ ਹੋਵੇ ਸਾਧ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਆਦਮੀਆਂ ਕਰਾਈਆਂ ਹੁਣ ਉਹ ਸਾਧ ਲਈ ਅਰਦਾਸ ਕਰਦਾ ਗੁਰੂ ਗ੍ਰੰਥ ਸਾਹਿਬ ਤੇ ਅੱਗੇ ਖੜ ਕੇ ਤੇਜ ਘਟਨਾਵਾਂ ਨੂੰ ਸਾਰਿਆਂ ਨੂੰ ਜੇ ਜੋੜ ਕੇ ਦੇਖਿਆ ਜਾਵੇ ਤਾਂ ਇਹ ਤੋਂ ਇੱਕ ਗੱਲ ਸਿੱਧ ਹੁੰਦੀ ਆ ਕਿ ਜਿਹੜਾ ਕਿਸਾਨੀ ਸੰਘਰਸ਼ਾ ਕਿਸਾਨੀ ਸੰਘਰਸ਼ਾ ਉਹ ਬਿਲਕੁਲ ਸ਼ਿਖਰਾਂ ਤੇ ਪਹੁੰਚਿਆ ਹੋਇਆ ਉਸ ਨੂੰ ਖਰਾਬ ਕਰਨ ਦੇ ਲਈ ਇਹੋ ਜਿਹੇ ਪੈਂਤਰੇ ਖੇਡੇ ਜਾ ਰਹੇ ਨੇ ਜੇ ਮੁਸਲਮਾਨਾਂ ਦੀ ਕਤਲੋਗਾਰਤ ਕਰਨੀ ਆ ਜਾਂ ਸਿੱਖਾਂ ਦੀ ਗੱਲ ਉਹ ਕਤਲੋਗਾਰਤ ਕਰਨੀ 1984 ਦੇ 1984 ਦੇ ਵਿੱਚ ਰਾਸ਼ਟਰਪਤੀ ਕੌਣ ਸੀਗਾ ਗਿਆਨੀ ਜੈਲ ਸਿੰਘ ਇੱਕ ਸਿੱਖੀ ਸੀ ਨਾ ਤੇ ਸਿੱਖਾਂ ਦੀ ਉਹ ਨਸਲ ਕੁਸ਼ੀ ਹੋ ਗਈ ਆ ਤੇ ਹੁਣ ਸਾਧੂ ਧਰਮ ਸਿੰਘ ਧਰਮਸੂਤ ਜਿਹੜਾ ਇਹਨਾਂ ਦਾ ਵਜੀਫੇ ਨੇ ਦਲਿਤਾਂ ਦੇ ਉਹ ਵਜੀਫੇ ਖਾ ਗਿਆ ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਕੋਈ ਪਰਿਵਾਰ ਦੇ ਨਾਲ ਸੰਬੰਧਿਤ ਆ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਆਰਐਸਐਸ ਦਾ ਦਲਾਲ ਕੌਣ ਆ ਉਹ ਕੋਈ ਵੀ ਹੋ ਸਕਦਾ ਕਿਸੇ ਵੀ ਚਿਹਰੇ ਦੇ ਵਿੱਚ ਹੋ ਸਕਦਾ ਸਾਨੂੰ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਪੈਣੀ ਆ ਤੇ ਹੁਣ ਸਾਧੂ ਸਿੰਘ ਸਾਰੇ ਜਿਹੜੇ ਦਲਿਤਾਂ ਦੇ ਵਜੀਫੇ ਸੀ ਉਹ ਖਾ ਗਿਆ ਸੋ ਸਾਨੂੰ ਇਹੋ ਜੀਆਂ ਜਿਹੜੀਆਂ ਸਾਡੇ ਪੰਜਾਬ ਦੇ ਉੱਤੇ ਕੂਝੀਆਂ ਚਾਲਾਂ ਚੱਲੀਆਂ ਚੱਲੀਆਂ ਜਾ ਰਹੀਆਂ ਨੇ ਤੇ ਮੈਂ ਉਹਨੂੰ ਪਖੰਡੀ ਸਾਦ ਨੂੰ ਪੁੱਛਣਾ ਚਾਹੁੰਦਾ ਵੀ ਇਹਨਾਂ ਸਵਾਲਾਂ ਦੇ ਜਵਾਬ ਦੇਵੇ ਉਹ ਲਾਈਵ ਹੋ ਕੇ ਕਿ ਆਰਐਸਐਸ ਤੇ ਬੀਜੇਪੀ ਦੇ ਜਿਹੜਾ ਗੁਣ ਗਾ ਰਿਆ ਯੂਪੀ ਦੇ ਵਿੱਚ ਸਾਡੀ ਜਿਹੜੀਆਂ ਧੀਆਂ ਦੀਆਂ ਦਲਤਾਂ ਦੀਆਂ ਬੇਪਤੀਆਂ ਹੋਈਆਂ ਨੇ ਯੋਗੀ ਨੇ ਕਰਵਾਈਆਂ ਨੇ ਤੇ ਰਵਿਦਾਸ ਭਗਤ ਮਹਾਰਾਜ ਜੀ ਦਾ ਸਾਡੇ ਦਾ ਮਹਾਰਾਜ ਜੀ ਦਾ ਜਿਹੜਾ ਮੰਦਿਰ ਢਾਇਆ ਗਿਆ ਉਹਦੇ ਬਾਰੇ ਜਵਾਬ ਦੇਵੇ ਤੇ ਜਿਹੜਾ ਸਭ ਤੋਂ ਵੱਡੀ ਗੱਲ ਆ ਜਿਹੜਾ ਸਾਡਾ ਸੰਵਿਧਾਨ ਆ ਡਾਕਟਰ ਅੰਬੇਦਕਰ ਸਾਹਿਬ ਬਾਬਾ ਜੀ ਨੇ ਲਿਖਿਆ ਉਹ ਸੰਵਿਧਾਨ ਨੂੰ ਬਦਲਿਆ ਜਾ ਰਿਹਾ ਇਹੋ ਸੋਚ ਨੂੰ ਬਦਲਿਆ ਜਾ ਰਿਹਾ ਜਿਹੜੀ ਸੋਚ ਡਾਕਟਰ ਨੰਬੇਦਕਰ ਨੇ ਇੱਥੇ ਲੈ ਕੇ ਆਂਦੀ ਸੀਗੀ ਜਿਹਦੇ ਵਿੱਚ ਸੰਵਿਧਾਨ ਦੇ ਵਿੱਚ ਗੱਲ ਕੀਤੀ ਸੀ ਦਲਤਾਂ ਦੀ ਉਹ ਸੰਵਿਧਾਨ ਨੂੰ ਬਦਲਿਆ ਜਾ ਰਿਹਾ ਤੇ ਉਸਦੇ ਬਾਰੇ ਚੁੱਪ ਕਿਉਂ ਨੇ ਸੋ ਇਹ ਚੀਜ਼ਾਂ ਦੇ ਜਿਹੜੀਆਂ ਚੀਜ਼ਾਂ ਨੇ ਇਹਦਾ ਜਵਾਬ ਦੇਣਾ ਚਾਹੀਦਾ ਤੇ ਲੋਕਾਂ ਨੂੰ ਮੈਂ ਪੰਜਾਬ ਦੇਆਂ ਨੂੰ ਬੇਨਤੀ ਕਰਦਾ ਜਿਹੜੇ ਇਹੋ ਜਿਹੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਹੋ ਜਿਹੇ ਪਖੰਡੀ ਅਰਦਾਸਾਂ ਕਰਦੇ ਨੇ ਇਹਨਾਂ ਨੂੰ ਬਾਹਰ ਕੱਟਿਆ ਜਾਵੇ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਆਰਐਸਐਸ ਦੇ ਦਲਾਲ ਤੇ ਦੱਲੇ ਨੇ ਤੇ ਸਰਸਿਆ ਦੇ ਸਾਥ ਦੇ ਚੇਲੇ ਨੇ ਇਹ ਇਹਨਾਂ ਦਾ ਕੰਮ ਸਿਰਫ ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰਨਾ ਤੇ ਬੀਜੇਪੀ ਤੇ ਆਰਐਸਐਸ ਦਾ ਜਿਹੜਾ ਏਜੰਡਾ ਉਹ ਲਾਗੂ ਕਰਨਾ ਆਰਐਸਐਸ ਤੇ ਬੀਜੇਪੀ ਬਿਲਕੁਲ ਦਲਤਾਂ ਦੇ ਖਿਲਾਫ ਆ ਜਿਹਦਾ ਇੱਕੋ ਇੱਕ ਏਜੰਡਾ ਕੀ ਦਲਤਾਂ ਨੂੰ ਬਿਲਕੁਲ ਖਤਮ ਕੀਤਾ ਜਾਵੇ ਇਸ ਦੇਸ਼ ਦੇ ਵਿੱਚੋਂ ਦਲਤਾਂ ਨੂੰ ਖਤਮ ਕਰਕੇ ਜਿਹੜੀ ਆਪਣੀ ਸੋਚ ਆ ਉਹਨੂੰ ਲਾਗੂ ਕੀਤਾ ਜਾਵੇ ਡਾਕਟਰ ਅੰਬੇਦਕਰ ਦਾ ਸੰਵਿਧਾਨ ਖਤਮ ਕੀਤਾ ਜਾਵੇ ਤੇ ਨਵਾਂ ਸੰਵਿਧਾਨ ਲਾਗੂ ਕੀਤਾ ਜਾਵੇ ਇਹ ਆਰਐਸਐਸ ਮੋਹਨ ਭਗਵਤ ਦਾ ਏਜੰਡਾ ਕੀ ਅਸੀਂ ਇਸ ਏਜੰਡੇ ਦੇ ਨਾਲ ਚੱਲਣ ਨੂੰ ਤਿਆਰ ਆ ਸੋ ਇਹ ਚੀਜ਼ਾਂ ਦੇ ਜਿਹੜੇ ਜਵਾਬ ਨੇ ਸਾਨੂੰ ਸਾਡਾ ਸਾਡਾ ਸਾਰੇ ਪੰਜਾਬ ਦੇ ਲੋਕ ਮੰਗਦੇ ਨੇ ਸੋ ਮੈਂ ਆਸ ਕਰਦਾ ਕਿ ਜਿਹੜੇ ਸਾਡੇ ਦਲਿਤ ਭਰਾ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਚੀਜ਼ਾਂ ਦੇ ਜਿਹੜੇ ਸਵਾਲ ਨੇ ਜਿਹੜੇ ਇਹੋ ਜਿਹੇ ਪਖੰਡੀ ਆ ਕੇ ਗੁੰਮਰਾਹ ਕਰਦੇ ਨੇ ਇਹਨਾਂ ਨੂੰ ਪੁੱਛਿਆ ਕਰੋ ਕਿ ਤੁਸੀਂ ਲੋਕ ਸਾਨੂੰ ਦੱਸੋ ਕਿ ਜੋ ਕੁਝ ਹੋ ਰਿਹਾ ਆ ਆਰਐਸਐਸ ਤੇ ਬੀਜੇਪੀ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਉਹਦਾ ਜਵਾਬ ਦੇਣ ਇਹ ਹੀ ਮੇਰੀਆਂ ਬੇਨਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ